ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹੈ ਹੈਲੋ। ਹਾਂ ਹਾਂ ਬਸ ਨਾ ਬੰਨ ਲਵਾਂ ਬਸ। ਬਸ ਹਾਲੇ ਤੱਕ ਨਿੰਮਾ ਤਿਆਰ ਨਹੀਂ ਹੋਇਆ ਹੈ, ਕੱਦਾ ਕਿਹਾ ਤਿਆਰ ਹੋ ਜਾ, ਪਰ ਨਾ ਬੰਨਣ ਲੱਗਿਆ, ਛੇਤੀ ਬੰਨ ਆ ਗਿਆ ਮੈਂ ਬੁਲਟ ਲੈ ਕੇ। ਚੱਲਿਆ ਸ਼ਹਿਰ ਨੂੰ, ਕੁਝ ਕਾਗਜ਼ੀ ਕਾਰਵਾਈ ਕੰਮ ਹੈ ਅਤੇ ਹੁਣ ਵਿਹਲੇ ਥੋੜ੍ਹੇ ਜਿਹਾ ਇਹ ਕੰਮ ਨਿਬੇੜ ਲਈਏ, ਇਹ ਵੀ ਜ਼ਰੂਰੀ ਹੈ। ਇਹ ਰਹੀ ਹੋ ਜਾਂਦੇ ਸੀ ਯਾਰ, ਫੋਕਸ ਮੇਰੇ ਪਰ ਕਦੇ ਨਹੀਂ ਕਰਿਆ, ਹੁਣ ਕਰਿਆ। ਕੁਝ ਕਾਗਜ਼ੀ ਕਾਰਵਾਈ ਕੰਮ ਹੈ ਅਤੇ ਕਰਾਉਣੇ ਪੈਂਦੇ ਆ, ਹੁਣ ਨੱਠ ਭੱਜ ਇੱਧਰ ਜਾਵਾਂਗੇ ਉੱਧਰ ਜਾਵਾਂਗੇ, ਫਟਾਫਟ ਸਾਰਾ ਕੰਮ। ਕੱਲ੍ਹ ਨਾ ਸਾਡੇ ਘਰ ਦਿੱਲੀ ਤੋਂ ਕੁਝ ਦੋ ਬੰਦੇ ਮਿਲਣ ਆਏ ਸੀ, ਉਹਨਾਂ ਦੇ ਨਾਲ ਵੀਡੀਓ ਨਹੀਂ ਬਣਾ ਸਕਿਆ ਮੈਂ, ਅਤੇ ਉਹਨਾਂ ਨੇ ਕੁਛ ਨਾ ਇੱਕ ਰੋਪੜ ਸਟੋਰ ਦੱਸਿਆ, ਉੱਥੇ ਵੀ ਜਾਣਾ, ਉਹ ਵੀ ਤੁਹਾਨੂੰ ਦੱਸਦਾ ਉੱਥੇ ਦੇ ਕੋਈ ਪ੍ਰੋਡਕਟ ਹੈ ਵੀ ਓਰੀਜਨਲ ਆ ਵੀ ਦੇਖਦੇ। ਪਹਿਲਾਂ ਉਹ ਕਹਿੰਦਾ ਭਾਅ ਜੀ ਤੁਸੀਂ ਆਪ ਵਰਤ ਕੇ ਦੇਖੋ, ਬਾਅਦ 'ਚ ਦੂਜਿਆਂ ਨੂੰ ਦੱਸਿਓ। ਮੈਂ ਚੱਲ ਉਹ ਵੀ ਦੇਖ ਕੇ ਆਉਂਦੇ ਹਾਂ। ਲੱਗਦਾ ਆ ਗਿਆ ਨਿੰਮਾ, ਉਹ ਨਿੰਮੇ ਆ ਉਹ ਖੜਾ ਆ ਜਾ। ਉਹ ਕਿਵੇਂ ਆ ਜੱਟਾ? ਸਤਿ ਸ੍ਰੀ ਅਕਾਲ। ਅੱਜ ਆਪਣੇ ਗੱਡੀ ਲੈ ਕੇ ਜਾਣੀ, ਬੋਲਟ ਲੈ ਕੇ ਜਾਣਾ, ਆਹ ਫਿਰ ਡਾਕੂਮੈਂਟ ਤੇਰਾ ਬੀਜਾ ਲਵਾ ਦੀ ਕੈਨੇਡਾ ਦਾ। ਨੇੜੇ ਤੇੜੇ ਤਾਂ ਨਹੀਂ ਲਾਉਣਾ, ਸਿੱਧੇ ਕੈਨੇਡਾ ਦਾ ਬੀਜਾ ਲਾਉਣਾ ਤੇਰਾ। ਕਰਦੀ ਹੈ ਇੱਕ ਨਿੰਮੇ ਕੰਮ, ਇੱਕ ਹੋਰ ਹੈ, ਚਾਬੀ ਲਾ ਦਿੰਦੇ ਵਿੱਚ। ਇਹਦੇ ਵਿੱਚ ਹੁਣ ਤੇਲ ਦਾ ਨਹੀਂ ਪਤਾ ਵੀ ਕਿੰਨਾ ਕੁ ਤੇਲ ਆ ਵਿੱਚ ਇਹਦੇ, ਤੇਲ ਹਿਲਾ ਕੇ ਦੇਖ ਜੇ ਰਸਤੇ 'ਚ ਖੜ ਗਿਆ, ਲੋਕਾਂ ਦਾ ਰਿਐਕਟ ਕਿਆ ਹੋਊਗਾ? ਚੱਲ ਦੇਖਦੇ ਹੁਣ ਜਾ ਕੇ। ਬੈਕ ਮਾਰਦਾ ਮੈਂ, ਤੇਰਾ ਬਾਪੂ ਬੈਠਾ ਆ ਗਿਆ ਕੈਮਰੇ 'ਚ ਤੂੰ, ਜੀਰੋ ਜੀਰੋ ਮੀਟਰ, ਜੀਰੋ ਜੀਰੋ ਬੰਦਾ ਵੀ, ਜੀਰੋ ਜੀਰੋ ਉੱਧਰ ਬੰਦਾ, ਉਹ ਦੂਰ ਖੜਾ, ਉਹ ਨਹੀਂ ਦਿਖਾਉਣਾ ਹੈਗਾ। ਕੈਨੇਡਾ ਡਾਕੂਮੈਂਟ ਚੱਕੀ ਫਿਰਦਾ ਇਹ, ਭੇਜ ਦੇ ਕੈਨੇਡਾ। ਹਾਂ ਇਹਨੂੰ ਕੈਨੇਡਾ ਭੇਜ ਦੇ, ਤੂੰ ਜਿੱਦਾਂ ਮਰਜ਼ੀ ਭੇਜ ਦੇ ਕੈਨੇਡਾ, ਹੈਂ ਵਿਆਹ ਕਰਾ ਕੇ ਭੇਜਣਾ ਪੱਕੇ 'ਚ? ਬਸ ਚੱਲ ਠੀਕ ਹੈ, ਪੱਕੇ 'ਚ ਭੇਜ ਦੇ। ਅੱਛਾ ਹਾਂ, ਅਤੇ ਐਂ ਕਰ ਵੀ ਹੈ ਨਾ, ਦੋ ਤਿੰਨ ਡਾਕੂਮੈਂਟ ਆ ਨਿੰਮੇ ਦੇ, ਇਹਨੂੰ ਫੋਟੋ ਕਾਪੀਆਂ ਕਰਦੇ ਯਾਰ। ਲਓ ਜੀ ਸਾਡੇ ਸਾਰੇ ਡਾਕੂਮੈਂਟ ਕਾਪੀ ਹੋ ਗਏ, ਅਤੇ ਇੱਧਰ ਪ੍ਰਦੀਪ ਬਾਈ ਬੈਠੇ। ਕਹਿੰਦੇ ਜਦੋਂ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ, ਹੈ ਪ੍ਰਦੀਪ ਬਾਈ, ਦੂਜੇ ਬੰਦੇ ਨਾਲ ਜ਼ਰੂਰ ਸ਼ੇਅਰ ਕਰੋ। ਹਾਂ ਲੋੜ ਹੈ ਵੀ ਜਦੋਂ ਬੰਦਾ ਕੋਈ ਨਹੀਂ ਸ਼ੇਅਰ ਕਰਦਾ ਹੈਗਾ, ਹੁਣ ਕੋਈ ਵੀ ਪ੍ਰੋਬਲਮ ਹੁੰਦੀ ਆ, ਬੰਦਾ ਆਪਣੇ ਅੰਦਰ ਹੀ ਰੱਖਦਾ ਵੀ ਲੋਕ ਕਿਆ ਕਹਿਣਗੇ, ਹੈ ਨਿੰਮੇ ਇੱਦਾਂ ਹੀ ਨਾ, ਵੀ ਲੋਕ ਕਿਆ ਕਹਿਣਗੇ। ਜਦੋਂ ਵੀ ਕੋਈ ਵੀ ਪ੍ਰੋਬਲਮ ਪੈਂਦੀ ਹੈ ਤਾਂ ਸ਼ੇਅਰ ਕਰੋ। ਹੁਣ ਜਿਹੜਾ ਮੈਂ ਪ੍ਰਦੀਪ ਬਾਈ ਕੋਲ ਆ ਕੇ ਦੱਸੀ ਵੀ ਇੱਦਾਂ ਇੱਕ ਪ੍ਰੋਬਲਮ ਹੈ, ਇਹਨੇ ਜਦੋਂ ਹੱਲ ਕੱਢਤਾ ਸ਼ੇਅਰ ਕਰੀਏ। ਜੇ ਹੁਣ ਮੈਂ ਲੁਕੋ ਰੱਖਦਾ ਵੀ ਆਹ ਮੈਨੂੰ ਪ੍ਰੋਬਲਮ ਹੈ ਯਾਰ, ਅੰਦਰ ਆਪਣੇ ਦਬਾਈ ਜਾਂਦਾ ਮੈਂ, ਬਾਈ ਫਾਇਦਾ ਕਿਆ, ਹਾਂ ਬਿਮਾਰੀ ਬਣ ਦੇ। ਕਿਹੜੀ ਨਵੇਂ
ਕੁਸਤਾ ਸਿੱਖਿਆ ਕੁਸਤਾ ਕਰੇ ਆ ਹਾਂ ਕੁਸਤਾ ਇੰਪਰੂਵਮੈਂਟ ਕੀਤੀ ਇੰਪਰੂਵਮੈਂਟ ਹੋ ਗਈ ਹਾਂ ਚਲ ਹੁਣ ਜਿੱਤ ਗਏ ਹਟੀ ਜੇ ਹਾਰ ਗਿਆ ਦੇਖ ਲੈ ਜਿੱਤਿਆ ਬਈ ਆ ਪ੍ਰਦੀਪ ਭਾਅ ਜੀ ਨੇ ਫਿਰ ਅਮਨ ਭਾਅ ਜੀ ਕੋਲ ਭੇਜੇ ਤੇ ਹੁਣ ਕੱਲ ਨੂੰ ਚੰਡੀਗੜ੍ਹ ਜਾਣਾ ਪੈਣਾ ਹੈ ਨਿੰਮੇ ਚੱਲੂਗਾ ਚੰਡੀਗੜ੍ਹ ਕੱਲ ਨੂੰ ਦੇਖ ਲੂੰਗੇ ਨਿੰਮੇ ਦੇ ਸਾਲੇ ਜੇ ਡਾਊਨ ਹੋਏ ਹੋਏ ਹੁਣ ਉਹਨੂੰ ਖਿਲਾਉਂਦੇ ਪਿਲਾਉਂਦੇ ਉਸ ਸ਼ੁਕਰੀਆ ਭਾਅ ਜੀ ਬਹੁਤ ਬਹੁਤ ਤੁਹਾਡਾ ਜੀ ਠੀਕ ਹੈ ਭਾਈ ਓਕੇ ਭੁੱਖ ਬਹੁਤ ਲੱਗੀ ਹੋਈ ਸੀ ਨਿੰਮੇ ਨੇ ਅਤੇ ਮੈਂ ਸਮੋਸੇ ਖਾਧੇ ਗਏ ਸਮੋਸਾ ਨਾਲ ਇੱਕ ਬ੍ਰੈਡ ਖਾਧਾ ਅਤੇ ਫਿਰ ਦੋ ਵੱਜ ਗਏ ਨਿੰਮੇ ਹੈ ਨਾ ਚਾਹ ਦਾ ਟਾਈਮ ਵੀ ਹੋ ਗਿਆ ਇੱਦਾਂ ਤਾਂ ਗੱਲ ਬਣ ਨਹੀਂ ਜੀ ਨਿੰਮਾ ਕਹਿੰਦਾ ਨਿੰਮੇ ਦਾ ਮੈਨੂੰ ਖਾਸ ਖਿਆਲ ਰੱਖਣਾ ਪੈਂਦਾ ਚਾਹ ਪਿਲਾਏ ਹਾਂ ਕਿੰਨਾ ਵੱਜ ਗਏ ਤਿੰਨ ਵੱਜ ਗਏ ਯਾਰ ਨਿੰਮੇ ਜਿਹੜਾ ਟਾਈਮ ਦਾ ਪਤਾ ਹੀ ਲੱਗਿਆ ਮੈਂ ਗੱਲ ਦੱਸ ਦਿੰਦਾ ਦੇਖੋ ਜਿਹੜੇ ਇੱਥੇ ਪੇਪਰਾਂ ਦਾ ਕੰਮ ਹੈ ਮੈਨੂੰ ਕਵਰ ਘਰਾਂ ਵੀ ਜਾਣਾ ਪਿਆ ਘਰ ਤੋਂ ਜਾ ਕੇ ਇੱਕ ਪੇਪਰ ਲੈ ਕੇ ਆ ਕੇ ਫਿਰ ਦੁਬਾਰੇ ਕੰਮ ਦੇ ਫਿਰ ਦੁਬਾਰੇ ਕੰਮ ਉਹ ਫਟੇਫਟ ਨੱਠ ਭੱਜ ਵਿੱਚ ਵੀਡੀਓ ਨਹੀਂ ਬਣੀ ਹੈਗੀ ਪਰ ਹੁਣ ਕੱਲ੍ਹ ਫਿਰ ਚੰਡੀਗੜ੍ਹ ਜਾਣਾ ਪੇਪਰਾਂ ਦੀ ਕੰਮ ਹੈ ਕਿਆ ਕਰੇ ਯਾਰ ਆਪਣਾ ਕੰਮ ਕਰ ਅਤੇ ਨਾਲੇ ਨਾਲੇ ਸਸਤੇ 'ਚ ਸਰ ਗਿਆ ਮੈਂ ਨਿੰਮੇ ਨੂੰ ਪੁੱਛਿਆ ਨਿੰਮੇ ਕੋਈ ਹੋਰ ਬੜੀ ਚੀਜ਼ ਖਾਣੀ ਆ ਪੀਜ਼ਾ ਖਾਣਾ ਆਪਣਾ ਉਹ ਕਿਆ ਕਹਿ ਸਕਦਾ ਉੱਧਰ ਆਪਾਂ ਡੋਸਾ ਡੋਸਾ ਖਾਣਾ ਦੱਸ ਇਡਲੀ ਡੋਸਾ ਇਡਲੀ ਡੋਸਾ ਠੀਕ ਹੈ ਤੈਨੂੰ ਖਾਉਂਦਾ ਇਡਲੀ ਡੋਸਾ ਕਰੇ ਅਤੇ ਨਿੰਮੇ ਫਿਰ ਸਮੋਸਾ ਫਿਰ ਖੁੱਲ੍ਹ ਗਿਆ ਅਤੇ ਸਮੋਸੇ ਖਾਏ ਚਲੋ ਹੁਣ ਉੱਧਰ ਚੱਲਦੇ ਨਿੰਮੇ ਉਹ ਜਿਹੜੇ ਕੱਲ੍ਹ ਦਿੱਲੀ ਵਾਲੇ ਆਏ ਤੇ ਨਾ ਬੰਦੇ ਕੁਝ ਵੀ ਆ ਚਾਹ ਪੀ ਨਾ ਕੈਮੀ ਜੀ ਆ ਗਈ ਨਿੰਮੇ ਹੈ ਨਾ ਗੁੜਦੀ ਚਾਹ ਕੈਮੀ ਜੀ ਆ ਗਈ ਸਰੀਰ ਦੇ ਅੰਦਰ ਮੁੰਡਾ ਪੈਸੇ ਲੈ ਕੇ ਆ ਗਿਆ ਥੋੜ੍ਹਾ ਜਿਹਾ ਮੁੰਡਾ ਤਾਂ ਕੁਛ ਕੀਤਾ ਸਾਨੂੰ ਚੱਕ ਦੱਸ ਫਿਰ ਟਿੱਪ ਦਿੱਤੀ ਆ ਨਿੰਮੇ ਆ ਵੀ ਫੜ ਚੰਡੀਗੜ੍ਹ ਕਰ ਲੂ ਫਿਰ ਨਿੰਮੇ ਇੱਧਰ ਲੰਘ ਗਿਆ ਹੁਣ ਜਾਂਦੇ ਸਬਜ਼ੀਆਂ ਲੈ ਲਈਏ ਹਾਂ ਹਾਂ ਭਾਈ ਪਾ ਦੇ ਕੋਈ ਸਬਜ਼ੀ ਸੁਬਜ਼ੀ ਆ ਸਾਨੂੰ ਵੀ ਮਟਰ ਕਿੱਦਾਂ ਕਿਲੋ ਲਾਏ ਆ ਮਟਰ ਵੀਰੇ ਪਾਈ ਆ 30 ਰੁਪਏ 60 ਰੁਪਏ ਕਿਲੋ 60 ਰੁਪਏ ਕਿਲੋ ਚਲ ਪਾ ਦੇ 10 ਕਿਲੋ ਇਕੱਠੇ ਹੀ ਇੱਕ ਜਗ੍ਹਾ ਰਸਤੇ 'ਚ ਖੜੇ ਜਿੱਥੇ ਅਸੀਂ ਗਰਮ ਗਰਮ ਮੂੰਗਫਲੀ ਖਾਧੀ ਲਹਿੰਦੀ ਲਹਿੰਦੀ ਨਿੰਮੇ ਕਿੱਦਾਂ ਲੱਗ ਗਰਮ ਗਰਮ ਸਵਾਦ ਆ ਬਾਈ ਗਰਮ 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 ਤਾਂ ਬੜਾ ਬਾਹਲੇ ਸਵਾਦ ਲੱਗ ਰਿਹਾ ਹੈ ਨਾ ਹਾਂ ਕਿੱਦਾਂ ਫਿਰ ਠੀਕ ਹੈ ਕਿੱਧਰ ਸੇ ਆਇਆ ਕਹਾਂ ਸੇ ਆਇਆ ਯੂਪੀ ਸੇ ਆਇਆ ਯੂਪੀ ਕਾ ਸ਼ੋਰ ਹੈ ਸਵਾਦ ਆ ਮਾਰੀ ਮੂੰਗਫਲੀ ਸਵਾਦ ਹੈ ਆਪਣੇ ਘਰ ਆ ਕੇ ਨਿੰਮੇ ਆਪਣਾ ਸਮਾਨ ਫੜ ਤੇ ਮੇਰਾ ਸਮਾਨ ਮੈਨੂੰ ਦੇ ਲਓ ਜੀ ਲਓ ਨਿੰਮੇ ਅੱਜ ਗਾਲਾਂ ਕੱਢਦਾ ਨਾ ਮੈਨੂੰ ਤੇਰੇ ਬੇਰ ਖਿੱਲਰ ਗਏ ਨਿੰਮੇ ਕੋਈ ਨਹੀਂ ਖਿੱਲਰ ਹੁੰਦੇ ਡੁੱਲੇ ਮੇਰਾ ਹਾਲੇ ਕੁਛ ਨਹੀਂ ਵਿਗੜਿਆ ਚਕਲਾ ਚੁਕਲਾ ਚੁਕਲਾ ਹਾਲੇ ਤਾਂ ਕੁਛ ਨਹੀਂ ਵਿਗੜਿਆ ਹਾਲੇ ਤੇ ਚੱਲ ਠੀਕ ਹੈ ਨਿੰਮੇ ਤੇਰਾ ਬਹੁਤ ਸ਼ੁਕਰੀਆ ਨਿੰਮਾ ਪਤਾ ਮੈਨੂੰ ਕਾਹਦੇ ਗਾਲਾਂ ਕੱਢਦਾ ਹੋਣਾ ਨਿੰਮੇ ਆਪੇ ਦੱਸ ਦੇ ਨਹੀਂ ਗਾਲਾਂ ਨਹੀਂ ਯਾਰ ਬਸ ਆਪਾਂ ਨੂੰ ਗਾਲਾਂ ਕਾਹਦੀ ਨਹੀਂ ਜਿਹੜਾ ਇੱਕ ਨੰਬਰ ਵਾਲਾ ਉਹ ਤੋਂ ਦੱਸ ਦੇ ਨਹੀਂ ਉਹਦਾ ਆਪਾਂ ਘਰ ਆ ਕੇ ਹੀ ਕਰਨਾ ਤਾਂ ਨਿੰਮੇ ਨੂੰ ਕਿੱਦਾਂ ਜ਼ੋਰ ਮੈਨੂੰ ਦੋ ਤਿੰਨ ਵਾਰੀ ਕਹਿ ਲਿਆ ਮੈਨੂੰ ਮੈਂ ਹੁਣ ਘਰ ਜਾਇਆ ਕਰੀ ਰਸਤੇ ਮੇਰਾ ਤਾਂ ਸਿਰ ਦੋਹਣ ਲੱਗ ਗਿਆ ਮੈਂ ਤਾਂ ਫੇਰ ਚੱਲ ਹੁਣ ਕਰ ਰਸਤੇ ਜਾ ਕੇ ਮੈਂ ਵੀ ਫਿਰ ਨਿਕਲਾਂ ਤੁਹਾਨੂੰ ਹਾਂ ਬੱਲੇ ਬੱਲੇ ਕਿੰਨਾ ਸਮਾਨ ਚੱਕਿਆ ਹੋਇਆ ਮੇਰਾ ਪੁੱਤ ਕਿਆ ਕਰਦਾ ਨਾ ਪੁੱਤ ਤੈਂ ਜਿੰਮ ਨਹੀਂ ਕਰਨੀ ਜੇ ਤੈਨੂੰ ਕੱਲ੍ਹ ਰੋਕਿਆ ਹੋਇਆ ਮੈਂ ਤੇਰਾ ਵੀ ਜਿੰਮ ਨਹੀਂ ਕਰਨੀ ਹੈਗੀ ਤਾਂ ਨਹੀਂ ਕਰਨੀ ਆ ਇੱਧਰ ਇੱਧਰ ਮੇਰੇ ਕੋਲ ਆਜਾ 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 ਇੱਧਰ ਆਜਾ ਆਜਾ ਚਲੋ ਉਤਰੇ 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 ਤੈਨੂੰ ਉਤਰੇ ਉਤਰੇ ਆਜਾ ਆਜਾ ਇੱਧਰ ਤੇਰੇ ਬਾਅਦ ਚੀਜ਼ੀ ਲੈ ਕੇ ਆਵਾਂ ਉਹ ਆ ਚੀਜ਼ੀ ਲੈਣ ਤੇਰੇ ਪਾਸ ਆ ਚੀਜ਼ੀ ਲੈਣ ਦੀ ਹਾਂ ਚੀਜ਼ੀ ਲੈਣ ਦੀ ਆ ਚੀਜ਼ੀ ਲੈਣ ਤੇਰੇ ਪਾਸ ਬੈਠ ਇੱਥੇ ਬਹਿ ਜਾ ਆਹ ਸ਼ੌਪ ਹੈ ਇੱਕ ਰੋਪੜ ਵੈਸਟੀਜ਼ ਅਤੇ ਇੱਥੋਂ ਸਮਾਨ ਲਿੱਤਾ ਥੋੜ੍ਹੀ ਮੈਂ ਝਲਕ ਵੀ ਦਿਖਣਾ ਜਿੱਥੇ ਲਿੱਤਾ ਸੀ ਸਮਾਨ ਇਹਦੇ ਵਿੱਚ ਉਹਨਾਂ ਨੇ ਆਹ ਓਇਲ ਦੱਸਿਆ ਸੀ ਵੀ ਇਹ ਵਧੀਆ ਓਇਲ ਹੈ ਚਲੋ ਯੂਜ਼ ਕਰਕੇ ਇਸ ਤੋਂ ਬਾਅਦ ਦੱਸਾਂ ਮੈਂ ਸਾਰਾ ਕੁਛ ਹੋਰ ਦੋ ਤਿੰਨ ਸਮਾਨ ਹੋਰ ਹੈ ਵਿੱਚ ਇਹਦੇ ਜੋ ਲਿੱਤੇ ਨੂੰ ਦੱਸਿਆ ਸੀ ਵਿੱਚ ਆਹ ਬੋਡੀ ਨੂੰ ਲਾਉਣੇ ਵਾਲਾ ਅਤੇ ਸਾਬਣ ਤਿੰਨ ਤਰ੍ਹਾਂ ਦਾ ਆਹ ਪੇਸਟ ਹੈ ਚਲੋ ਇਹ ਯੂਜ਼ ਕਰਾਂਗੇ ਕੱਲ੍ਹ ਦਿੱਲੀ ਤੋਂ ਆਏ ਸੀ ਭਾਈ ਉਹਨਾਂ ਨੇ ਦੱਸਿਆ ਸੀ ਵੀ ਇਹ ਯੂਜ਼ ਕਰਕੇ ਦੇਖੋ ਵੀ ਹਾਲੇ ਉਹ ਜਦੋਂ ਮੈਂ ਉੱਥੇ ਦੁਕਾਨ ਸ਼ੋਪ 'ਚ ਪਹੁੰਚਿਆ ਉਹਦੇ ਵਿੱਚ ਅਤੇ ਦਿੱਲੀ ਵਾਲੇ ਭਾਅ ਜੀ ਨੇ ਕਾਲ ਨਹੀਂ ਪਿੱਕ ਕੀਤੀ ਹੈਗੀ ਜਿਵੇਂ ਇੱਕ ਦੋ ਪ੍ਰੋਡਕਟ ਹੋਰ ਲੈਣੇ ਤੇ ਮੈਂ ਚਲੋ ਇੰਨੇ ਨਾਲ ਸਾਰਦੇ ਹਾਂ ਹੈਗੇ ਬਸ ਹੀ ਪਏ ਵਿੱਚ ਆਹ ਇੱਕ ਕੈਪਸੂਲ ਜਿਹਾ ਆਪਣੇ ਜੋ ਤੁਹਾਡੇ ਅੰਦਰ ਵਿਟਾਮਿਨ ਦੀ ਕਮੀ ਹੁੰਦੀ ਉਹਨਾਂ ਨੂੰ ਪੂਰਾ ਕਰਦੇ ਇਹ
ਤੇ ਉਹਦੇ ਇਹਦੇ ਵਿੱਚ ਹੋਰ ਸਾਰੇ ਵਿਟਾਮਿਨ ਹੈਗੇ ਆ ਅਤੇ ਇੱਕ ਵਿਟਾਮਿਨ ਸੀ ਨਹੀਂ ਹੈਗਾ ਇਹਦੇ ਵਿੱਚ। ਵਿਟਾਮਿਨ ਸੀ ਦੀ ਕਮੀ ਕਰਨ ਵਾਸਤੇ ਮੈਂ ਲਿਆਂਦੇ ਔਲੇ, ਉਹਨਾਂ ਦਾ ਬਣਾਉਂਗੇ ਮੁਰੱਬਾ। ਕਹਿੰਦੇ ਜੇ ਇੱਕ ਔਲੇ ਦੇ ਵਿੱਚ 6 ਸੰਗਤਰਾ ਜਿੰਨਾ ਹੁੰਦਾ ਵੀ ਕਰਨ ਵੀਰ ਕੁੱਕਰ ਨਾਲ ਬਾਅਦ, ਅਤੇ 6 ਸੰਗਤਰਾ ਜਿੰਨਾ ਹੁੰਦਾ ਉਹਦੇ ਵਿੱਚ ਨਹੀਂ ਵੀ ਜੇ ਤੁਸੀਂ ਇੱਕ ਮੁਰੱਬਾ ਖਾਂਦੇ ਹੋ ਉਹਦੇ ਵਿੱਚ ਨਾ ਤੁਸੀਂ ਵੀ 6 ਸੰਗਤਰੇ ਖਾ ਲਏ ਵੀ ਇੰਨਾ ਵਿਟਾਮਿਨ ਸੀ ਹੁੰਦਾ ਉਹਦੇ ਵਿੱਚ। ਅਤੇ ਹੁਣ ਵਰਦੀ ਬਦਲੀਏ ਅਤੇ ਚੱਲੀਏ ਸਿੱਧਾ ਗਰਾਊਂਡ ਦੇ ਵਿੱਚ, ਅਤੇ ਹੁਣ ਚੱਲੀਏ ਗਰਾਊਂਡ ਦੇ ਵਿੱਚ ਅਤੇ ਵਰਦੀ ਬਦਲ ਲਈ। ਚੱਲੀ 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 ਛੇਤੀ 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 ਕਿਤੇ ਕਰਨਾ ਮਗਰ ਲੱਗ ਜਾਵੇ। ਚੱਲ 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 ਨਹੀਂ 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 ਆ ਗਿਆ, ਨਹੀਂ ਜਾਣਾ ਨਹੀਂ ਜਾਣਾ ਹੈਗਾ, ਤਾਂ ਨਹੀਂ ਜਾਣਾ ਹੈਗਾ ਨਹੀਂ ਜਾਣਾ ਹੈਗਾ। ਚੱਲ ਬਹਿ ਜਾ, ਮੈਨੂੰ ਪਤਾ ਸੀ ਇਹਨੇ ਜਿੱਦ ਕਰਨੀ ਹੁਣ ਜਾਣੇ ਨੂੰ, ਪਰ ਤਰਾਜ ਤੋਂ ਇੱਥੇ ਯਾਰ ਬਹੁਤ ਠੰਡ ਹੋ ਜਾਂਦੀ, ਸ਼ਾਮ ਨੂੰ ਮੱਛਰ ਹੋ ਜਾਂਦਾ ਉੱਥੇ ਗਰਾਊਂਡ 'ਚ। ਹੋ ਗਰਾਊਂਡ 'ਚ ਬਹੁਤ, ਹਾਂ 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 ਚੱਲ ਫਿਰ ਚੱਲੀਏ ਫਿਰ। ਜਿਹੜੀ ਅੱਜ ਗੇਮ ਸ਼ੁਰੂ ਹੋਣੀ ਸੀ ਮੇਰੇ ਆਏ ਤਾਂ ਸ਼ੁਰੂ ਹੋਣੀ ਸੀ, ਅਤੇ ਬੰਦੇ ਮੇਰੀ ਵੇਟ ਕਰ ਰਹੇ ਤੇ ਬੜੀ ਬੇਸਰਬੀ ਨਾਲ। ਕਾਹਦੀ ਵੇਟ ਕਰ ਰਹੇ ਤੇ, ਹਾਲ ਫੜ ਚੱਕ ਬਹੁਤ ਕਰਨ ਓਏ, ਆ ਜਾ ਬਹੁਤ ਚੱਲੀ ਆ ਜਾ ਹੁਣ ਕਰਨ, ਆ ਜਾ ਆ ਜਾ ਆ ਜਾ ਇੱਧਰ ਆ ਜਾ ਆ ਜਾ ਆ ਜਾ ਆ ਜਾ, ਸੁਣਦਾ ਨਹੀਂ ਤੈਨੂੰ, ਆ ਜਾ ਆ ਜਾ ਸਿੰਗਰ ਭਾਜੀ ਵੀ ਆਏ ਹੋਏ ਨੇ, ਦੇਖੋ ਜੀ ਇਹਨਾਂ ਦਿਨਾਂ ਦੇ ਵਿੱਚ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖੋ ਕਿ ਠੰਡ ਹੋ ਗਈ, ਬੱਚੇ ਬਿਮਾਰ ਹੋ ਸਕਦੇ ਆ, ਤੇ ਟੋਪੀ ਜਾ ਕੇ ਲੈਂਦਾ ਯਾਰ ਹੁਣ ਕਰਦਾ। ਚਲੋ ਫਿਰ ਮੈਂ ਹੁਣ ਅੱਜ ਦੀ ਵੀਡੀਓ ਬੰਦ ਕਰਦੇ ਆ, ਸ਼ਾਮ ਦਾ ਵੇਲਾ ਹੋ ਚੁੱਕਿਆ, ਸਿੰਗਰ ਭਾਜੀ ਵੀ ਆਏ ਹੋਏ ਨੇ, ਤੇ ਚੱਲੀਏ ਕਰਨ ਕੋ ਤੁਹਾਨੂੰ ਚੱਲ ਚੱਲੀ ਹੁਣ ਅਸੀਂ ਘਰ ਨੂੰ ਚੱਲੇ ਹਾਂ, ਤੇ ਬਹੁਤ ਬਹੁਤ ਮਜ਼ੇ ਤੁਹਾਡੇ ਮਾਰੇ ਵੀਡੀਓ ਦੇਖਣ ਵਾਸਤੇ ਮਿਲਦੇ ਕਿਸੇ ਵੀਡੀਓ।